ਮਿਸਿਸਾਗਾ ਵਿੱਚ ਪਾਕ ਪਾਇਨੀਅਰ ਸੰਸਥਾ ਵੱਲੋਂ ਆਪਣੇ ਮੈਂਬਰਾਂ ਲਈ ਹਰ ਹਫ਼ਤੇ ਕੋਈ ਨਾ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਹੈ। 2011 ਵਿੱਚ ਸ਼ੁਰੂ ਹੋਈ ਇਸ ਸੰਸਥਾ ਦਾ ਮਕਸਦ ਸੀਨੀਅਰਸ ਲਈ ਇੱਕ ਖਾਸ ਤਰ੍ਹਾਂ ਦੀ ਆਊਟਲੈਟ ਤਿਆਰ ਕਰਨਾ ਸੀ, ਜਿੱਥੇ ਉਹ ਆਪਣੀ ਇਕੱਲਤਾ ਦੂਰ ਕਰ ਸਕਣ ਅਤੇ ਅਗਰ ਕਿਸੇ ਨੂੰ ਕੋਈ ਮੁਸ਼ਕਿਲ ਹੈ ਉਸਦਾ ਹੱਲ ਲੱਭ ਸਕਣ ਅਤੇ ਸਰਕਾਰ ਵੱਲੋਂ ਮਿਲਦੀ ਮਦਦ ਅਤੇ ਉਸਨੂੰ ਹਾਸਿਲ ਕਰਨ ਬਾਰੇ ਜਾਣਕਾਰੀ ਵੀ ਲੈ ਸਕਣ। ਮੁਖਲਿਫ ਸੰਸਥਾਵਾਂ, ਮੁਖਲਿਫ ਆਰਗਨਾਈਜੇਸ਼ਨ ਜਿਹੜੀਆਂ ਹੈਗੀਆਂ ਸੀ, ਇਟਾਲੀਅਨ ਜਿਸ ਤਰ੍ਹਾਂ ਹੋ ਗਏ, ਪੋਲਿਸ਼ ਹੋ ਗਏ ਔਰ ਦੂਸਰੇ ਜਿਹੜੇ ਗੋਰੇ ਗਰੁੱਪ ਸੀ ਉਹ ਕਰ ਰਹੇ ਸੀ, ਅਤੇ ਅਸੀਂ ਖਾਸ ਤੌਰ 'ਤੇ ਸਾਊਥ ਏਸ਼ੀਅਨ ਨੇ ਫੀਲ ਕੀਤਾ ਕਿ ਵੀ ਇਹਨਾਂ 'ਤੇ ਕੋਈ ਕੰਮ ਹੋਣਾ ਚਾਹੀਦਾ ਕਿ ਜਿਹੜੇ ਬਜ਼ੁਰਗ ਨੇ ਇੰਨਾ ਅਰਸਾ ਪੈਸੇ ਨੇ ਵਰ੍ਹਿਆਂ ਪਹਿਲੇ ਇੱਥੇ ਆਏ ਨੇ ਔਰ ਆਪਣੇ ਔਲਾਦਾਂ ਬੱਚਿਆਂ ਵਾਸਤੇ ਸਾਰਾ ਕੁਛ ਕੀਤਾ ਔਰ ਅੱਜ ਘਰਾਂ 'ਚ ਬੈਠੇ ਦੇ ਨੇ, ਲੋਨਲੀਨੈਸ ਫੀਲ ਕਰਦੇ ਨੇ, ਇਹਨਾਂ ਲਈ ਕੁਛ ਹੋਣਾ ਚਾਹੀਦਾ। ਹਫ਼ਤਾਵਾਰੀ ਪ੍ਰੋਗਰਾਮਸ ਅਤੇ ਸੈਮੀਨਾਰਸ ਦੀ ਪਲੈਨਿੰਗ ਬੜੀ ਹੀ ਸੋਚ ਸਮਝ ਨਾਲ ਕੀਤੀ ਜਾਂਦੀ ਹੈ ਤਾਂ ਕਿ ਹਰ ਪਿਛੋਕੜ ਦੇ ਸੀਨੀਅਰਸ ਆਪਣੀ ਸ਼ਮੂਲੀਅਤ ਮਹਿਸੂਸ ਕਰ ਸਕਣ। ਇਸ ਵਿੱਚ ਉਹ ਮੌਜੂਦ ਮੈਂਬਰਾਂ ਦੀ ਦਿਲਚਸਪੀ ਅਤੇ ਤਜਰਬਿਆਂ ਨੂੰ ਵੀ ਧਿਆਨ ਵਿੱਚ ਰੱਖਦੇ ਨੇ। ਮੇਰਾ ਕੁਛ ਬੈਕਗਰਾਉਂਡ ਦਾ ਵੀ ਐਕਸਪੀਰੀਅੰਸ ਐਨ ਜੀ ਓਜ਼ ਦਾ ਹੈਗਾ ਔਰ ਸਾਡੀ ਟੀਮ ਜਿਹੜੀ ਹੈਗੀ ਹੈ ਬੜੀ ਮਤਲਬ ਕਿ ਪੜ੍ਹੀ ਲਿਖੀ ਸਮਝਦਾਰ ਹੈਗੀ ਹੈ ਔਰ ਨਿਊ ਨਿਊ ਕ੍ਰੀਏਟਿਵ ਆਈਡੀਆ ਅਸੀਂ ਕੱਢਣੇ ਆ ਕਿ ਇਹਨਾਂ ਨੂੰ ਇਨਵੋਲਵ ਕਰਨਾ। ਇੱਕੋ ਚੀਜ਼ ਚੱਲਦੀ ਆਏ ਤਾਂ ਇਹ ਸਾਰੇ ਚੁਣਕੇ ਕੈਨੇਡਾ ਦੇ ਵਿੱਚ ਪੜ੍ਹੇ ਲਿਖੇ ਸਾਰੇ ਆਏ ਨੇ, ਮੈਰਿਟਸ 'ਤੇ ਆਏ ਨੇ, ਪੁਆਇੰਟਸ 'ਤੇ ਆਏ ਨੇ, ਅਤੇ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਅਤੇ ਅਸੀਂ ਕੋਈ ਕ੍ਰੀਏਟਿਵ ਕੰਮ ਲੈ ਕੇ ਆਉਂਦੇ ਹਾਂ। ਸੀਨੀਅਰਸ ਦੀਆਂ ਮੁਸ਼ਕਿਲਾਂ ਬਾਰੇ ਪਹਿਲਾਂ ਪਾਕ ਪਾਇਨੀਅਰਸ ਦੀ ਟੀਮ ਵੱਲੋਂ ਰਿਸਰਚ ਕੀਤੀ ਜਾਂਦੀ ਹੈ, ਫਿਰ ਉਸ ਵਿਸ਼ੇ 'ਤੇ ਸੈਮੀਨਾਰਸ ਕਰਵਾਏ ਜਾਂਦੇ ਨੇ। ਸੀਨੀਅਰਸ ਨਾਲ ਹੁੰਦੇ ਤਸ਼ੱਦਦ ਬਾਰੇ ਨਵੀਦ ਚੌਧਰੀ ਦਾ ਮੰਨਣਾ ਹੈ ਕਿ ਕਲਚਰ ਅਤੇ ਪਿਛੋਕੜ ਕਰਕੇ ਬਹੁਤ ਸਾਰੇ ਸੀਨੀਅਰਸ ਇਸ ਤਰ੍ਹਾਂ ਦੇ ਦਰਦ ਨੂੰ ਅੰਦਰ ਹੀ ਪੀ ਜਾਂਦੇ ਨੇ। ਜਿਸ ਤਰ੍ਹਾਂ ਸੀਨੀਅਰ ਦੇ ਇਸ਼ੂਜ਼ ਦੇ ਨਾਲ ਜਿਹੜੇ ਐਲਡਰ ਅਬਿਊਜ਼ ਹੈਗਾ, ਇਹਨਾਂ ਦੇ ਨਾਲ ਜਿਹੜਾ ਘਰਾਂ ਵਿੱਚ ਬਾਹਰ ਦੇ ਵਿੱਚ ਹੁੰਦਾ ਔਰ ਸਾਡੇ ਕਲਚਰ ਵੀ ਸ਼ਾਮਿਲ ਹੈਗਾ, ਸਾਡੇ ਬਜ਼ੁਰਗ ਦੇ ਨਾਲ ਸਾਡੇ ਬੱਚੇ ਔਲਾਦ ਵੀ ਕੁਛ ਕਰ ਦੇਵੇ, ਅਸੀਂ ਸਹਿ ਜਾਂਦੇ ਹਾਂ, ਦੱਸਦੇ ਨਹੀਂ, ਲੇਕਿਨ ਹੱਥ ਹੋ ਰਿਹਾ ਹੁੰਦਾ। ਹੁਣ ਅਸੀਂ ਇੱਕ ਡਾਕੂਮੈਂਟਰੀ ਬਣਾਈ ਹੈ ਬ੍ਰੇਕਿੰਗ ਦੀ ਸਾਇਲੈਂਸ ਐਲਡਰ ਅਬਿਊਜ਼, ਜਿਹੜੀ ਯੂਟਿਊਬ 'ਤੇ ਹੈਗੀ ਹੈ ਪਾਕ ਪਾਇਨੀਅਰ ਨੇ, ਉਹਦੇ 'ਚ ਅਸੀਂ ਬੜਾ ਕੰਮ ਕੀਤਾ। 20-30 ਮਿੰਟਸ ਹੈਗੀ, ਉਹਦੇ ਵਿੱਚ ਹਰ ਚੀਜ਼ ਮੈਨਸ਼ਨ ਕਰ ਦਿੱਤੀ ਹੈ ਕਿ ਅਬਿਊਜ਼ ਕਿਸ ਕਿਸਮ ਦੇ ਹੈਗੇ ਨੇ, ਟਾਈਪਸ ਆਫ ਅਬਿਊਜ਼, ਕਿਹੜੇ ਅਦਾਰੇ ਕੰਮ ਕਰ ਰਹੇ ਨੇ, ਅਸੀਂ ਇਹਦੀ ਰੋਕਥਾਮ ਕਿਵੇਂ ਹੈਗੀ ਕਿ ਬਜਾਏ ਕਿ ਬਿਫੋਰ ਇਸ ਟੂ ਲੇਟ ਕਿ ਕੁਛ ਹੋ ਜਾਵੇ ਤਾਂ ਪਹਿਲੇ ਦੇਖ ਲੈਣ, ਉਹਨਾਂ ਨੂੰ ਪਤਾ ਹੋਵੇ ਕਿ ਵੀ ਅਸੀਂ ਇਸ ਤਰ੍ਹਾਂ ਇਹਦੇ ਤੋਂ ਕਿਵੇਂ ਬਚਣਾ। ਹਰ ਮੰਗਲਵਾਰ ਨੂੰ ਬਰਨਮ ਤੋਰਪ ਕਮਿਊਨਿਟੀ ਸੈਂਟਰ ਵਿੱਚ ਹੁੰਦੀ ਇਕੱਤਰਤਾ ਵਿੱਚ ਬਹੁਤ ਸਾਰੇ ਮੈਂਬਰ ਆਪਣੀ ਸਬਜੈਕਟ ਵਿੱਚ ਦਿਲਚਸਪੀ ਮੁਤਾਬਿਕ ਹਾਜ਼ਰੀ ਭਰਦੇ ਨੇ। ਪੂਰੀ ਸਾਡੀ 45-40 ਦੇ ਕੋਲ ਹਾਜ਼ਰੀ ਹਰ ਹਫ਼ਤੇ ਹੁੰਦੀ ਹੈ ਅਤੇ ਉਹੀ ਤਾਂ ਹੰਡਰਡਸ ਦੇ ਵਿੱਚ ਮੈਂਬਰਸ਼ਿਪ ਤਾਂ ਹੈਗੀ ਹੈ, ਲੇਕਿਨ ਐਕਟਿਵ ਜਿਹੜੇ ਹੈਗੇ ਨੇ ਅਸੀਂ ਉਹਨਾਂ ਨੂੰ ਜ਼ਿਆਦਾ ਕੰਸੀਡਰ ਕਰਦੇ ਹਾਂ ਕਿ ਜਿਹੜੇ ਇੱਥੇ ਆਉਣ, ਕਿ ਜਿਹੜੇ ਅੱਜ ਆਏ ਨੇ 2 ਮਹੀਨੇ ਬਾਅਦ ਆਉਣਗੇ, ਲੇਕਿਨ ਅਸੀਂ ਓਪਨ ਹੈਗਾ, ਇਹ ਫ੍ਰੀ ਹੈਗਾ, ਜਿਹੜਾ ਮਰਜ਼ੀ ਬਨੋ ਤੁਹਾ ਕਮਿਊਨਿਟੀ ਸੈਂਟਰ ਐਵਰੀ ਟਿਊਸਡੇ ਆਏ, ਇਹਦੇ ਵਿੱਚ ਕਿਸੇ ਨੂੰ ਕੋਈ ਰੋਕ ਨਹੀਂ। ਹਾਲ ਹੀ ਵਿੱਚ ਹੋਈ ਇੱਕ ਖਾਸ ਚਰਚਾ ਵਿੱਚ ਪਾਕਿਸਤਾਨ ਤੋਂ ਆਏ ਪ੍ਰੋਫੈਸਰ ਅਖਤਰ ਹੁਸੈਨ ਨਾਲ ਆਮਨੀ ਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਹਨਾਂ ਪਾਕ ਪਾਇਨੀਅਰਸ ਦੀਆਂ ਪਹਿਲਕਦਮੀਆਂ ਨੂੰ ਸਰਾਹਿਆ। ਜਿਹੜੇ ਬਜ਼ੁਰਗ ਹੁੰਦੇ ਨੇ ਨਾ, ਉਹ ਇੱਕ ਦਰਖਤ ਦੀ ਤਰ੍ਹਾਂ ਹੁੰਦੇ ਨੇ, ਉਹਨਾਂ ਦੀ ਛਾਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹਨਾਂ ਨੂੰ ਇੰਜੋਏ ਕਰਦੀਆਂ ਨੇ। ਜਿਹੜੀਆਂ ਅਸੀਂ ਇੰਟਲੈਕਚੁਅਲ ਹੈਰੀਟੇਜ, ਉਹ ਵੀ ਬਜ਼ੁਰਗਾਂ ਦਾ ਹੁੰਦਾ, ਉਹਨਾਂ ਨੂੰ ਆਉਣ ਵਾਲੀਆਂ ਨਸਲਾਂ ਪੜ੍ਹਦੀਆਂ ਨੇ। ਜਿਸ ਲਈ ਬਜ਼ੁਰਗਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ ਸ਼ਾਇਦ ਇਹ ਡਿਸਕਾਰਟਡ ਫੈਕਸ਼ਨ ਆਫ ਸੁਸਾਇਟੀ ਹੈਗਾ, ਐਸਾ ਨਹੀਂ ਹੈ। ਉਹ ਬ੍ਰੇਨ ਹੈ, ਨੌਜਵਾਨ ਉਹਦੇ 'ਤੇ ਅਮਲ ਕਰਨ ਵਾਲੇ ਐਕਟੀਵਿਸਟ ਨੇ ਔਰ ਆਉਣ ਵਾਲੀ ਜਿਹੜੀਆਂ ਨਸਲਾਂ ਨੂੰ ਉਹਨਾਂ ਦੀ ਤਾਮੀਰ ਕਰਦੇ ਨੇ। ਅਲੁਮਨਾਈ ਕਿਉਂ ਜ਼ਰੂਰੀ ਹੁੰਦੀ ਕਿਸੇ ਤਾਲੀਮੀ ਅਦਾਰੇ ਵਿੱਚ? ਇਸ ਵਾਸਤੇ ਕਿ ਉਹ ਕਹਿੰਦੇ ਨੇ ਕਿ ਜਿਹੜੇ ਬਜ਼ੁਰਗ ਨੇ, ਜਿਨ੍ਹਾਂ ਦੀ ਐਫੀਲੀਏਸ਼ਨ ਨੇ, ਜਿਨ੍ਹਾਂ ਇਸ ਅਦਾਰੇ ਨੂੰ ਬਿਲਕੁਲ ਗਰੋ ਕੀਤਾ, ਪ੍ਰਮੋਟ ਕੀਤਾ ਹੈ, ਉਹਨਾਂ ਦੀ ਗਾਈਡੈਂਸ ਇਹਨਾਂ ਨੂੰ ਜ਼ਰੂਰੀ ਹੁੰਦੀ ਹੈ। ਔਰ ਉਹਦੇ ਵਿੱਚ ਇਹ ਅਹਿਸਾਨ ਨਹੀਂ ਹੈਗਾ ਉਹਨਾਂ ਦੇ ਉੱਤੇ ਕਿ ਬਜ਼ੁਰਗਾਂ ਵਾਸਤੇ ਇੱਕ ਫੋਰਮ ਦੇ ਦਿੱਤਾ ਅਤੇ ਸ਼ਾਇਦ ਉਹਨਾਂ ਉੱਤੇ ਅਹਿਸਾਨ ਕੀਤਾ। ਐਕਚੁਅਲੀ ਉਹ ਇੱਕ ਬਹੁਤ ਵੱਡਾ ਇੰਸਟੀਟਿਊਸ਼ਨ ਨੇ, ਹਿਕਮਤ ਉਹ ਦਾਨਿਸ਼ ਦਾ ਉਹ ਇੱਕ ਮੰਬਾ ਨੇ, ਇੱਕ ਮਰਕਜ਼ ਨੇ,
ਇੱਕ ਗਾਈਡ ਗਾਈਡਿੰਗ ਫੋਰਸ ਹੈਗੀ ਹੈ। ਇਹ ਇੱਕ ਬੜੀ ਇੱਕ ਸਪੈਸ਼ਲ ਸਰਵਿਸ ਪ੍ਰੋਵਾਈਡ ਕਰਦੇ ਜੀ। ਉਹ ਇਸ ਤਰ੍ਹਾਂ ਇਹ ਹੈ ਕਿ ਜਿਸ ਵੇਲੇ ਸੀਨੀਅਰ ਇੱਥੇ ਰਿਟਾਇਰਡ ਲੋਕ ਘਰਾਂ 'ਚ ਬੈਠੇ ਹੁੰਦੇ ਨੇ, ਉਹਨਾਂ ਵਾਸਤੇ ਕੋਈ ਪਰਸਨਲ ਇਨਵੋਲਵਮੈਂਟ ਚਾਹੀਦੀ ਹੁੰਦੀ ਹੈ, ਅਦਰਵਾਈਜ਼ ਦੇ ਗੈਟ ਅਲਜ਼ਾਈਮਰਸ ਐਂਡ ਡਿਮੈਂਸ਼ਾ, ਔਰ ਤਨਹਾਈ ਜਿਹੜੀ ਹੈ ਉਹ ਲੋਕਾਂ ਵਾਸਤੇ ਬੜੀ ਹੈਵੀ ਹੁੰਦੀ ਹੈ, ਬਹੁਤ ਜ਼ਾਲਿਮ ਹੁੰਦੀ ਹੈ ਇੱਕ ਲਿਹਾਜ਼ ਨਾਲ। ਅਤੇ ਉਹ ਜਿਸ ਵੇਲੇ ਇੱਥੇ ਆਉਂਦੇ ਨੇ, ਲੋਕਾਂ ਨੂੰ ਮਿਲ ਜੁਲ ਕੇ ਇੱਕ ਦੂਸਰੇ ਦੇ ਥੋਟਸ ਐਕਸਚੇਂਜ ਕਰਦੇ ਨੇ, ਅਤੇ ਉਹਦੇ ਨਾਲ ਸੋਸਾਇਟੀ ਦੇ ਵਿੱਚ ਓਵਰਆਲ ਬੜਾ ਅੱਛਾ ਇੰਪ੍ਰੈਸ਼ਨ ਹੁੰਦਾ ਹੈ। ਲਵੀਨ ਗਿੱਲ, ਆਮਨੀ ਨਿਊਜ਼।